अज के दिन कनेडा पूरी दुनिया का एक अजिहा देश बन चुका है जिदे विच इंफ्रास्ट्रक्चर इकोनमी तो लेके मेडिकल ते एजुकेशन सारिया चीजा दे विच लगातार ही अगे बढ़ रहा है। यही कारण है कि अजकल पंजाब ते पूरी दुनिया तो लोग कनेडा वल मूव हो रहे ने। अज के दिन कनेडा के कई शहरों के कमाई बहुत ज्यादा है पर नाल दी नाल इत्थे महंगाई भी पहलां दे नालों हुण बहुत ज्यादा वध गई है जिदे करके कनेडा दे विच हुण अमीरां दे लई भी वड्डे खर्चे करना औखा हो गया है। अज दी इस वीडियो दे विच मैं तुहानूं कनेडा दे 10 अजिहे शहरां बारे दसण जा रहा हां जिथों दी कमाई बहुत ज्यादा ਵਧੀਆ ਹੈ। ਤਾਜ਼ੀਆਂ ਰਿਪੋਰਟ ਨੇ ਜੀ ਕੈਨੇਡਾ ਦੀਆਂ ਤੇ ਉੱਥੋਂ ਦੀ ਸਰਕਾਰ ਦੀਆਂ ਜਿਸ ਦੇ ਵਿੱਚ ਉਹਨਾਂ ਨੇ ਕੈਨੇਡਾ ਦੇ 10 ਸਭ ਤੋਂ ਵੱਧ ਕਮਾਈ ਵਾਲੇ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਦੇ ਵਿੱਚ ਨੰਬਰ 10 ਤੇ ਆਉਂਦਾ ਹੈ ਜੀ ਵਿਨੀਪੈਗ। ਵਿਨੀਪੈਗ ਕੈਨੇਡਾ ਦਾ ਬਹੁਤ ਸੋਹਣਾ ਸ਼ਹਿਰ ਹੈ ਤੇ ਮੈਨੀਟੋਬਾ ਪ੍ਰੋਵਿੰਸ ਦੀ ਰਾਜਧਾਨੀ ਵੀ ਹੈ। ਕੈਨੇਡਾ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਜਿਵੇਂ ਪਤਾ ਹੈ ਕਿ ਮੈਡੀਕਲ ਦੇ ਵਿੱਚ ਕਾਫੀ ਜ਼ਿਆਦਾ ਵੇਟਿੰਗ ਦੇਖਣ ਨੂੰ ਮਿਲਦੀ ਹੈ, ਉੱਥੇ ਹੀ ਮੈਡੀਕਲ ਦੇ ਵਿੱਚ ਵੇਟਿੰਗ ਤੁਹਾਨੂੰ ਵਿਨੀਪੈਗ ਦੇ ਵਿੱਚ ਦੂਜੇ ਸ਼ਹਿਰਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲੇਗੀ। ਅੱਜ ਦੇ ਦਿਨ ਵਿਨੀਪੈਗ ਦੀ ਜਿਹੜੀ ਸਰਕਾਰੀ ਅੰਕੜੇ ਨੇ ਉੱਥੋਂ ਦੇ ਵਿੱਚ ਉੱਥੋਂ ਦੇ ਆਮ ਇਨਸਾਨ ਦੀ ਜਿਹੜੀ ਸਲਾਨਾ ਕਮਾਈ ਹੈ ਉਹ ਹੈ ਜੀ 81,880 ਕੈਨੇਡੀਅਨ ਡਾਲਰ, ਜਾਨੀ ਕਿ ਵਿਨੀਪੈਗ ਦੇ ਵਿੱਚ ਰਹਿ ਕੇ ਇੱਕ ਇਨਸਾਨ ਸਲਾਨਾ 50 ਲੱਖ ਰੁਪਏ ਇੰਡੀਆ ਦੇ ਕਮਾ ਲੈਂਦਾ ਹੈ। ਜਿਹੜੇ ਅੰਕੜੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੇ ਇੱਕ ਸਰਵੇ ਦੇ ਵਿੱਚ ਸਾਹਮਣੇ ਆਏ ਨੇ। ਇਸ ਲੜੀ ਦੇ ਵਿੱਚ ਨੰਬਰ 9 ਤੇ ਆਉਂਦਾ ਹੈ ਹੈਲੀਫੈਕਸ। ਇਹ ਕੈਨੇਡਾ ਦੀ ਮੋਸਟ ਅੰਡਰਰੇਟਡ ਸਿਟੀ ਹੈ। ਇਹ ਨੋਵਾ ਸਕੋਸ਼ੀਆ ਪ੍ਰੋਵਿੰਸ ਦੇ ਵਿੱਚ ਪੈਂਦੀ ਹੈ ਤੇ ਇਹ ਉੱਥੋਂ ਦੀ ਰਾਜਧਾਨੀ ਵੀ ਹੈ ਤੇ ਇਸ ਪ੍ਰੋਵਿੰਸ ਦੀ ਸਭ ਤੋਂ ਵੱਡੀ ਸਿਟੀ ਵੀ ਹੈ। ਇਹ ਸ਼ਹਿਰ ਦੇ ਵਿੱਚ ਜ਼ਿਆਦਾਤਰ ਲੋਕ ਨਹੀਂ ਰਹਿੰਦੇ ਪਰ ਚੰਗੀ ਗੱਲ ਇਹ ਹੈ ਕਿ ਇੱਥੇ ਕਮਾਈ ਬਹੁਤ ਵਧੀਆ ਹੁੰਦੀ ਹੈ। ਰਿਪੋਰਟਾਂ ਦੇ ਅਨੁਸਾਰ ਇੱਥੇ ਆਮ ਇਨਸਾਨ 1 ਸਾਲ ਦੇ ਵਿੱਚ ਜਾਨੀ ਕਿ ਸਲਾਨਾ ਕਮਾਈ ਕਰ ਲੈਂਦਾ ਹੈ 85,000 ਕੈਨੇਡੀਅਨ ਡਾਲਰ, ਜਿਹੜੇ ਕਿ ਇੰਡੀਅਨ ਕਰੰਸੀ ਦੇ ਵਿੱਚ ਬਣ ਜਾਂਦੇ ਨੇ ਜੀ 52 ਲੱਖ ਰੁਪਏ। ਨੰਬਰ 8 ਤੇ ਆਉਂਦਾ ਹੈ ਜੀ ਗੈਟੇਨਿਊ। ਇਹ ਵੀ ਇੱਕ ਅਜੀਬ ਜਿਹੇ ਨਾਮ ਵਾਲੀ ਕੈਨੇਡਾ ਦੀ ਅੰਡਰਰੇਟਡ ਸਿਟੀ ਹੈ ਜਿਹੜੀ ਕਿ ਵੈਸਟਰਨ ਕਿਊਬਿਕ ਦੇ ਵਿੱਚ ਪੈਂਦੀ ਹੈ, ਪਰ ਇਹ ਸਿਟੀ ਦਾ ਇਨਫਰਾਸਟ੍ਰਕਚਰ ਕਾਫੀ ਜ਼ਿਆਦਾ ਵਧੀਆ ਹੈ ਤੇ ਇੱਥੇ ਜੌਬ ਵੀ ਕਾਫੀ ਸੌਖੀਆਂ ਮਿਲ ਜਾਂਦੀਆਂ ਨੇ, ਪਰ ਇੱਥੇ ਖਤਰਨਾਕ ਸਰਦੀਆਂ ਕਾਫੀ ਲੰਬੀਆਂ ਚੱਲਦੀਆਂ ਨੇ। ਜੇਕਰ ਤੁਸੀਂ ਇੰਨੀਆਂ ਖਤਰਨਾਕ ਸਰਦੀਆਂ ਨੂੰ ਝੱਲ ਸਕਦੇ ਹੋ ਤਾਂ ਤੁਸੀਂ ਇਸ ਸਿਟੀ ਦੇ ਵਿੱਚ ਵਧੀਆ ਕਮਾਈ ਕਰ ਸਕਦੇ ਹੋ। ਆਜਾ ਰਿਪੋਰਟ ਦੇ ਅਨੁਸਾਰ ਅੱਜ ਦੇ ਦਿਨ ਗੈਟੇਨਿਊ ਦੇ ਵਿੱਚ ਰਹਿਣ ਵਾਲਾ ਇੱਕ ਆਮ ਇਨਸਾਨ ਸਾਲਾਨਾ 88,000 ਕੈਨੇਡੀਅਨ ਡਾਲਰ ਕਮਾ ਲੈਂਦਾ ਹੈ, ਜਿਹੜੇ ਕਿ ਇੰਡੀਅਨ ਕਰੰਸੀ ਦੇ ਵਿੱਚ 54 ਲੱਖ ਰੁਪਏ ਦੇ ਨੇੜੇ ਤੇੜੇ ਬਣਦੇ ਨੇ। ਇਸ ਲੜੀ ਦੇ ਵਿੱਚ ਨੰਬਰ 7 ਤੇ ਉੱਤੇ ਜਿਹੜਾ ਸ਼ਹਿਰ ਆਉਂਦਾ ਹੈ ਕੈਨੇਡਾ ਦਾ ਉਹ ਹੈ ਜੀ ਵਿਕਟੋਰੀਆ। ਇਹ ਕੈਨੇਡਾ ਦੀ ਕਾਫੀ ਮਸ਼ਹੂਰ ਸਿਟੀ ਹੈ ਜਿਹੜੀ ਕਿ BC ਜਾਨੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੈਂਦੀ ਹੈ। ਇਹ BC ਦੀ ਕੈਪੀਟਲ ਸਿਟੀ ਹੈ ਤੇ ਇੱਥੇ ਕਾਫੀ ਜ਼ਿਆਦਾ ਇੰਡੀਅਨ ਵੀ ਰਹਿੰਦੇ ਨੇ, ਇੱਥੇ ਜੌਬ ਵੀ ਬਹੁਤ ਨੇ, ਇਸ ਕਰਕੇ ਇੱਥੇ ਕਮਾਈ ਵੀ ਵਧੀਆ ਹੋ ਜਾਂਦੀ ਹੈ। ਕੋਰੀਆ ਦੇ ਵਿੱਚ ਇੱਕ ਆਮ ਇਨਸਾਨ ਦੀ ਸਾਲਾਨਾ ਆਮਦਨ 99,000 ਕੈਨੇਡੀਅਨ ਡਾਲਰ ਹੈ, ਜਿਹੜੇ ਕਿ ਇੰਡੀਅਨ ਕਰੰਸੀ ਦੇ ਵਿੱਚ 55 ਲੱਖ ਬਣਦੇ ਨੇ। ਨੰਬਰ 6 ਦੇ ਉੱਪਰ ਕੈਨੇਡਾ ਦਾ ਸ਼ਹਿਰ ਆਉਂਦਾ ਹੈ ਜੀ ਓਸ਼ਾਵਾ। ਓਟਾਵਾ ਦੇ ਬਾਰੇ ਤਾਂ ਬਹੁਤ ਲੋਕਾਂ ਨੇ ਸੁਣਿਆ ਹੋਵੇਗਾ ਪਰ ਓਸ਼ਾਵਾ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਇਹ ਸਿਟੀ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਪੈਂਦੀ ਹੈ। ਇਹ ਸ਼ਹਿਰ ਆਪਣੇ ਵੱਡੇ ਏਰੀਏ ਤੇ ਚੌੜੀਆਂ ਸੜਕਾਂ ਲਈ ਵੀ ਮਸ਼ਹੂਰ ਹੈ। ਇਸ ਸ਼ਹਿਰ ਦੀ ਵੀ ਕਮਾਈ ਬਹੁਤ ਜ਼ਿਆਦਾ ਵਧੀਆ ਹੈ। ਇੱਥੋਂ ਦੀ ਸਾਲਾਨਾ ਕਮਾਈ 92,000 ਕੈਨੇਡੀਅਨ ਡਾਲਰ ਹੈ, ਜਿਹੜੇ ਕਿ ਇੰਡੀਅਨ ਕਰੰਸੀ ਦੇ ਵਿੱਚ ਬਣਦੇ ਨੇ ਜੀ 56 ਲੱਖ ਰੁਪਏ। ਨੰਬਰ 5 ਤੇ ਕੈਨੇਡਾ ਦੇ ਵਿੱਚ ਵੱਧ ਕਮਾਈ ਵਾਲਾ ਸ਼ਹਿਰ ਹੈ ਜੀ ਸੈਂਟ ਜੌਨਸ। ਇਹ ਸਿਟੀ ਦਾ ਇਨਫਰਾਸਟ੍ਰਕਚਰ ਕਾਫੀ ਜ਼ਿਆਦਾ ਵਧੀਆ ਹੈ ਤੇ ਇਹ ਸ਼ਹਿਰ ਦੇਖਣ ਨੂੰ ਵੀ ਕਾਫੀ ਜ਼ਿਆਦਾ ਸੋਹਣਾ ਹੈ। ਇਹ ਸ਼ਹਿਰ ਕੈਨੇਡਾ ਦੇ ਨਿਊ ਫਾਉਂਡਲੈਂਡ ਪ੍ਰੋਵਿੰਸ ਦੇ ਵਿੱਚ ਪੈਂਦਾ ਹੈ, ਪਰ ਇਹ ਸ਼ਹਿਰ ਦੇ ਵਿੱਚ ਇੰਡੀਅਨ ਲੋਕ ਕਾਫੀ ਜ਼ਿਆਦਾ ਘੱਟ ਰਹਿੰਦੇ ਨੇ। ਇੱਥੋਂ ਦੇ ਜ਼ਿਆਦਾਤਰ ਆਬਾਦੀ ਦੇ ਵਿੱਚ ਅਮੀਰ ਲੋਕ ਰਹਿੰਦੇ ਨੇ, ਇੱਥੇ ਜ਼ਿਆਦਾਤਰ ਲੋਕਾਂ ਦੇ ਕੋਲ ਲਗਜ਼ਰੀ ਕਾਰਾਂ ਨੇ। ਅੱਜ ਦੇ ਦਿਨ ਆਮ ਇਨਸਾਨ ਦੀ ਇੱਥੇ ਸਾਲਾਨਾ ਕਮਾਈ 96,000 ਕੈਨੇਡੀਅਨ ਡਾਲਰ ਹੈ, ਜਿਸ ਦੇ ਕਿ ਇੰਡੀਅਨ ਕਰੰਸੀ 'ਚ ਬਣਦੇ ਨੇ ਤਕਰੀਬਨ 59 ਲੱਖ ਰੁਪਏ। ਇਸ ਲਿਸਟ ਦੇ ਵਿੱਚ ਨੰਬਰ 4 ਤੇ ਜਿਹੜਾ ਸ਼ਹਿਰ ਆਉਂਦਾ ਹੈ ਉਸ ਦਾ ਨਾਮ ਹੈ ਜੀ ਰਜੀਨਾ। ਇਹ ਵੀ ਅਜੀਬ ਨਾਮ ਵਾਲਾ ਕੈਨੇਡਾ ਦਾ ਅਮੀਰ ਸ਼ਹਿਰ ਹੈ ਜਿਹੜਾ ਕਿ ਸਕੈਚੁਅਨ ਪ੍ਰੋਵਿੰਸ ਦੇ ਵਿੱਚ ਪੈਂਦਾ ਹੈ। ਇੱਥੋਂ ਦੀ ਆਬਾਦੀ ਹੁਣ ਲਗਾਤਾਰ ਵੱਧ ਰਹੀ ਹੈ ਕਿਉਂਕਿ ਇੱਥੇ ਹੁਣ ਜੌਬ ਓਪਰਚੁਨਿਟੀਆਂ ਕਾਫੀ ਜ਼ਿਆਦਾ ਵੱਧ ਰਹੀਆਂ ਨੇ, ਇਸ ਕਰਕੇ ਲੋਕ ਦੂਜੇ ਸ਼ਹਿਰਾਂ ਤੋਂ ਵੀ ਆ ਕੇ ਇਸ ਸ਼ਹਿਰ ਦੇ ਵਿੱਚ ਵਸ ਰਹੇ ਨੇ। ਅੱਜ ਦੇ ਦਿਨ ਇਹ ਸ਼ਹਿਰ ਦੀ ਸਾਲਾਨਾ ਕਮਾਈ 97,000 ਕੈਨੇਡੀਅਨ ਡਾਲਰ ਹੈ, ਜਿਸ ਦੇ ਕਿ ਇੰਡੀਆ ਦੇ ਵਿੱਚ ਬਣਦੇ ਨੇ 60 ਲੱਖ ਰੁਪਏ। ਇਸ ਲਿਸਟ ਦੇ ਵਿੱਚ ਨੰਬਰ 3 ਤੇ ਆਉਂਦਾ ਹੈ ਜੀ ਯੂਕੌਨ। ਯੂਕੌਨ ਅਸਲ ਦੇ ਵਿੱਚ ਕੋਈ ਸਿਟੀ ਨਹੀਂ ਹੈ ਬਲਕਿ ਇੱਕ ਬਹੁਤ ਸੋਹਣੀ ਟੈਰੀਟਰੀ ਹੈ ਜਿਹੜੀ ਕਿ ਨਾਰਥ ਵੈਸਟ ਕੈਨੇਡਾ ਵੱਲ ਹੈ। ਇੱਥੋਂ ਦੇ ਪਹਾੜ ਬਹੁਤ ਸੋਹਣੇ ਤੇ ਇੱਥੋਂ ਦੀ ਵਾਈਲਡ ਲਾਈਫ ਵੀ ਦੇਖਣ ਯੋਗ ਹੈ। ਜੇਕਰ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਯੂਕੌਨ ਸਿਟੀ ਦਾ ਜ਼ਿਆਦਾ ਵਧੀਆ ਨਹੀਂ ਹੈ, ਪਰ ਇੱਥੋਂ ਦੇ ਕੁਝ ਏਰੀਆ 'ਚ ਜੌਬ ਓਪਰਚੁਨਿਟੀ ਕਾਫੀ ਜ਼ਿਆਦਾ ਵਧੀਆ ਹੈ। ਯੂਕੌਨ ਦੇ ਵਿੱਚ ਇੱਕ ਨਾਰਮਲ ਇਨਸਾਨ ਦੀ ਸਾਲਾਨਾ ਕਮਾਈ 1,03,000 ਕੈਨੇਡੀਅਨ ਡਾਲਰ ਹੈ। ਇਸ ਲਿਸਟ ਦੇ ਵਿੱਚ ਨੰਬਰ 2 ਤੇ ਸਿਟੀ ਆਉਂਦੀ ਹੈ ਜੀ ਕੈਲਗਰੀ। ਕੈਲਗਰੀ ਸਿਟੀ ਹਮੇਸ਼ਾ ਤੋਂ ਹੀ ਇੰਡੀਅਨ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਰਿਹਾ ਹੈ। ਕੈਲਗਰੀ ਦੇ ਵਿੱਚ ਬਹੁਤ ਸਾਰੇ ਇੰਡੀਅਨ ਰਹਿੰਦੇ ਮਿਲ ਜਾਣਗੇ। ਅਲਵਾਟਾ ਪ੍ਰੋਵਿੰਸ ਦੀ ਇਹ ਸਿਟੀ ਆਪਣੇ ਲਾਈਫਸਟਾਈਲ ਅਤੇ ਅਮੀਰੀ ਲਈ ਤੇ ਵਧੀਆ ਜੌਬ ਓਪਰਚੁਨਿਟੀ ਲਈ ਪੂਰੇ ਕੈਨੇਡਾ ਦੇ ਵਿੱਚ ਅੱਜ ਦੇ ਦਿਨ ਕਾਫੀ ਜ਼ਿਆਦਾ ਮਸ਼ਹੂਰ ਹੈ। ਇੱਥੇ ਹਰ ਇੱਕ ਇਨਸਾਨ ਅੱਜ ਦੇ ਦਿਨ ਕਾਫੀ ਜ਼ਿਆਦਾ ਵਧੀਆ ਕਮਾਈ ਕਰ ਰਿਹਾ ਹੈ। ਰਿਪੋਰਟਸ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੈਲਗਰੀ ਦੇ ਵਿੱਚ ਇੱਕ ਆਮ ਇਨਸਾਨ ਦੀ ਸਾਲਾਨਾ ਕਮਾਈ 1,04,000 ਕੈਨੇਡੀਅਨ ਡਾਲਰ ਹੈ, ਜਿਹੜੀ ਕਿ ਇੰਡੀਅਨ ਕਰੰਸੀ ਦੇ ਵਿੱਚ 64 ਲੱਖ ਰੁਪਏ ਬਣਦੇ ਨੇ। ਨੰਬਰ 1 ਦੀ ਗੱਲ ਕਰੀਏ ਤਾਂ ਨਾਮ ਆਉਂਦਾ ਹੈ ਜੀ ਨਾਰਥ ਵੈਸਟ ਟੈਰੀਟਰੀ ਦਾ। ਇਹ ਟੈਰੀਟਰੀ ਪੂਰੇ ਕੈਨੇਡਾ ਦੇ ਵਿੱਚ ਮਸ਼ਹੂਰ ਹੈ ਕਮਾਈ ਕਰਨ ਲਈ। ਕੈਨੇਡਾ ਦੀ ਦੂਜੀ ਕਿਸੇ ਟੈਰੀਟਰੀ ਦੇ ਮੁਕਾਬਲੇ ਇੱਥੋਂ ਦੇ ਲੋਕ ਜ਼ਿਆਦਾ ਕਮਾਈ ਕਰਦੇ ਨੇ। ਇੱਥੇ ਵਿਕਾਸ ਚਾਹੇ ਕੈਨੇਡਾ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਕਾਫੀ ਘੱਟ ਹੋਇਆ ਹੈ। ਇਹ ਟੈਰੀਟਰੀ ਕੁਦਰਤੀ ਸੁੰਦਰਤਾ ਦੇ ਨਾਲ ਭਰੀ ਪਈ ਹੈ। ਇੱਥੇ ਉੱਚੇ ਪਹਾੜ ਅਤੇ ਪਾਣੀ ਦੇ ਝਰਨੇ ਨੇ। ਇੱਥੇ ਜੌਬ ਦੇ ਵਿੱਚ ਜ਼ਿਆਦਾ ਵੈਰਾਈਟੀ ਨਹੀਂ ਹੈ
ਕੈਨੇਡੀਅਨ ਡਾਲਰ ਹੈ ਜਿਸ ਤੇ ਇੰਡੀਆ ਦੀ ਕਰੰਸੀ ਦੇ ਵਿੱਚ 71 ਲੱਖ ਰੁਪਏ ਬਣਦੇ ਨੇ ਇਹ ਸਾਂਝੀ ਕੈਨੇਡਾ ਦੇ 10 ਸਭ ਤੋਂ ਵੱਧ ਕਮਾਈ ਵਾਲੇ ਸ਼ਹਿਰ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ।